ਜਿਹੜੇ ਤੁਸੀਂ ਛੋਟੇ ਛੋਟੇ ਟੋਟਕੇ ਦੱਸ ਰਹੇ ਹੋ ਔਰ ਉਹਨਾਂ ਨੂੰ ਬੜਾ ਪਸੰਦ ਕੀਤਾ ਜਾ ਰਿਹਾ। ਔਰ ਅੱਜ ਅਸੀਂ ਖਾਸ ਜਿਹੜੀ ਗੱਲਬਾਤ ਜਿਵੇਂ ਅਸੀਂ ਦੱਸਿਆ ਕਿ ਜ਼ੁਕਾਮ, ਫਲੂ, ਨੱਕ ਬੰਦ ਰਹਿਣਾ ਉੱਠਦੇ ਸਾਰ ਹੀ, ਜ਼ੁਕਾਮ ਹੋ ਗਿਆ, ਕੁਰਾਈਜ਼ਾ ਹੋ ਗਿਆ, ਨੋਜ਼ ਫਲੋਇੰਗ ਹੋ ਗਈ, ਸਨੀਜ਼ਿੰਗ ਹੋ ਗਈਆਂ, ਅੱਖਾਂ ਲਾਲ ਰੜਕ, ਅੱਖਾਂ ਚੋਂ ਪਾਣੀ ਆਉਣਾ, ਇਹਦਾ ਕੀ ਕਾਰਨ ਹੁੰਦਾ ਕਿ ਸੁੱਤਿਆਂ ਪਿਆਂ ਨੂੰ ਵੀ ਸਾਨੂੰ ਉਹ ਜਿਹੜੀ ਹੀਟ ਦੀ ਡਸਟ ਆ ਜਾਂ ਕੁਛ ਇਹੋ ਜਿਹੀਆਂ ਚੀਜ਼ਾਂ ਬਦਲ ਕਰਦੀਆਂ ਜਾਂ ਸਾਡੀ ਡਾਈਟ ਦੇ ਵਿੱਚ ਕੁਛ ਇਹੋ ਜਿਹਾ ਸੀ? ਇਸ ਗੱਲ ਦਾ ਸਾਨੂੰ ਉਚੇਚਾ ਖਿਆਲ ਰੱਖਣਾ ਪੈਣਾ ਹੈ ਕਿ ਸਾਡੀ ਬਾਡੀ ਦੇ ਵਿੱਚ ਐਸਿਡ ਜ਼ਿਆਦਾ ਨਾ ਬਣੇ। ਅਕਾਲ ਪੁਰਖ ਕਰੇ, ਅਰਦਾਸ ਕਰੀਏ, ਆਸ ਕਰੀਏ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ।